Mr. Singh Productions presents ਸਤਿਗੁਰਾਂ ਦੇ ਪਾਵਨ ਚਰਨਾਂ ਦੇ ਵਿੱਚ ਜੁੜ ਬੈਠੇ ਸਤਸੰਗੀਓ, ਦਾਸ ਫਤਿਹ ਬੁਲਾਉਂਦਾ ਹੈ। ਆ ਵੇਖੋ ਕੇਸਰੀ ਪੱਗਾਂ ਵਾਲੇ ਵੀਰ ਆਪਣੀ ਆਉਣ ਵਾਲੀ ਪਨੀਰੀ, ਕੇਸਰੀ ਪੱਗਾਂ ਦੁਪੱਟਿਆਂ ਵਾਲੀਆਂ ਬੀਬੀਆਂ, ਸਕੂਲ ਦੇ ਵਿਦਿਆਰਥੀ ਬੈਠੇ ਨੇ ਔਰ ਮਾਈਆ ਜੀ ਨੇ ਜੈਕਾਰਾ ਬੁਲਾਇਆ ਕਿੱਡੇ ਜੋਸ਼ ਨਾਲ। ਉਹਦਾ ਜਵਾਬ ਮਿਲਿਆ ਹੈ, ਲੋ ਫਤਿਹ ਬੁਲਾ ਰਹੇ ਹਾਂ। ਆਸ ਹੈ ਇਸੇ ਤਰ੍ਹਾਂ ਹੀ ਜਵਾਬ ਦਿਓਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਉਂਦੇ ਰਹੋ। ਸਤਿਗੁਰ ਤੇਗ ਬਹਾਦਰ ਜੀ ਦੇ ਦਰਬਾਰ ਦੇ ਵਿੱਚ ਬੈਠੇ ਹੋ, ਜਿੱਥੇ ਬਹੁਤ ਲੰਮਾ ਸਮਾਂ ਸਤਿਗੁਰਾਂ ਨੇ ਆ ਭੋਰਾ ਸਾਹਿਬ ਦੇ ਵਿੱਚ 26 ਸਾਲ 13 ਦਿਨ ਕੁਝ ਉੱਤੇ ਸਮਾਂ ਤਪੱਸਿਆ ਕੀਤੀ ਹੈ। ਉਹ ਇੱਥੇ 22 ਮੰਜੀਆਂ ਦਿੱਤੀਆਂ ਸੀ, ਕਿਹਨੂੰ ਗੁਰੂ ਲੱਭੇ? ਮੱਖਣ ਸ਼ਾਹ ਨੇ ਭਾਲ ਕੀਤੀ ਹੈ। ਮੈਂ ਕਵਿਤਾ ਕਹਿ ਰਿਹਾ ਹਾਂ, ਕਸ਼ਮੀਰ ਦੇ ਪੰਡਿਤ ਆਏ, ਫਰਿਆਦ ਕੀਤੀ ਭਈ ਇਸ ਵੇਲੇ ਦਾ ਕੋਈ ਮਹਾਨ ਹਸਤੀ ਜੋ ਹੈ ਉਹ ਕੁਰਬਾਨੀ ਦੇਵੇ। ਸੋ ਕਲਗੀਧਰ ਪਾਤਸ਼ਾਹ 9 ਸਾਲ ਦੀ ਉਮਰ ਹੈ, ਕਹਿ ਰਹੇ ਨੇ ਪਿਤਾ ਜੀ ਤੁਹਾਡੇ ਨਾਲੋਂ ਮਹਾਨ ਆਤਮਾ ਕੌਣ ਹੈ? ਜਾਓ ਦਿੱਲੀ ਦੇ ਵਿੱਚ ਇਹਨਾਂ ਦਾ ਧਰਮ ਬਚਾਓ। ਮਾਸਟਰ ਜੀ ਬੇਅੰਤ ਮਾਇਆ ਦਿੰਦੇ ਨੇ, ਇਹ ਹਰ ਵੇਲਾ ਹੀ ਇਹ ਇੱਥੇ ਕਵੀਆਂ ਨੂੰ ਨਵਾਜਦੇ ਨੇ, ਧੰਨਵਾਦੀ ਹਾਂ। ਸੋ ਬੱਚੇ ਦੀ ਗੱਲ ਸੁਣ ਕੇ ਅੱਗੋਂ ਪਾਤਸ਼ਾਹ ਕੀ ਕਹਿ ਰਹੇ ਨੇ ਉਸ ਵੇਲੇ ਦੀਆਂ ਲੈਣਾ ਦਵਾਨਾ ਸਾਹਿਬ। ਸੁਣ ਕੇ ਗੱਲ ਇੰਨੀ ਗੋਬਿੰਦ ਰਾਏ ਕੋਲੋਂ, ਆ ਸੁਣ ਕੇ ਗੱਲ ਇੰਨੀ ਗੋਬਿੰਦ ਰਾਏ ਕੋਲੋਂ, ਮੱਥਾ ਚੁੰਮ ਕੇ ਕਰਨ ਪਿਆਰ ਲੱਗੇ, ਸਿੱਖਿਆ ਦੇਣ ਕੀ ਡੋਬੂ ਤੂਫਾਨ ਵਿੱਚੋਂ, ਉਹ ਬੇੜੀ ਤੇਰੀ ਮੁਹਾਨ ਆ ਪਾਰ ਲੱਗੇ, ਨਿਰੇ ਹੌਸਲੇ ਦਾ ਬਣਿਆ ਵੇਖ ਤੈਨੂੰ, ਦਿਲੋ ਦਿਲੀ ਇਹ ਕਰਨ ਪਿਆਰ ਲੱਗੇ, ਉਹ ਲਗਦੇ ਜਿਗਰ ਤਾਈ ਵਿਛੜ ਲੱਗਿਆ ਈ, ਦੇਣ ਸਿੱਖਿਆ ਮੇਰੇ ਦਾ ਤਾਰ ਲੱਗੇ, ਡੋਲੇ ਦਿਲ ਤਾਵੀ ਐਵੇਂ ਮਾਣ ਅੰਦਰ, ਉਹ ਕੀ ਤੂੰ ਪਿਤਾ ਕੁਰਬਾਨੀ ਨੂੰ ਘੱਲਿਆ, ਪਤਾ ਨਹੀਂ ਹਾਲੇ ਕਿੰਨੇ ਜਾਂਬ ਪੀਵੇ, ਇਹ ਤੇ ਦੌਰ ਹਾਲੇ ਪਹਿਲਾਂ ਚੱਲਿਆ ਏ, ਕਰੜੇ ਦਿਲ ਨੂੰ ਕਰਨ ਲਈ ਹੋਰ ਕਰੜਾ, ਉਹ ਲੱਗੇ ਕਹਿਣ ਕੀ ਕਰੀ ਪਿਆਰ ਬੇਟਾ, ਤੇਰੇ ਕਹਿਣ ਉੱਤੇ ਲੈ ਮੈਂ ਚੱਲਿਆ ਹਾਂ, ਉਹ ਬਣ ਮਾੜਿਆਂ ਲਈ ਤੇ ਕੋ ਢਾਲ ਬੇਟਾ। ਦਵਾਨਾ ਜੀ ਕਾਬਲੇ ਗੌਰ ਲੈਣਾ ਨੇ, ਉਹ 365 ਮੁਸੀਬਤਾਂ ਨਾਲ ਲੈ ਕੇ ਉਹ ਤੇਰੇ ਲਈ ਆਉਣਾ ਨਵਾਂ ਸਾਲ ਬੇਟਾ, ਤੁਰਦੇ ਹੋਏ ਕੁਰਬਾਨੀ ਦੀ ਰਾਹ ਉੱਤੇ ਕਦੇ ਪੈਰ ਪਛਾਣ ਨੂੰ ਧਰੀ ਨਾ ਤੂੰ, ਮੇਰੇ ਬਾਦ ਜਾਂ ਧਰਮ ਨੂੰ ਲੋੜ ਪਾਸੇ, ਉਹ ਪੁੱਤਰ ਵਾਰ ਨੂੰ ਵੀ ਪੁੱਤਰ ਡਰੀ ਨਾ ਤੂੰ। ਪਿਤਾ ਕਹਿ ਰਿਹਾ ਹੈ ਆਪਣੇ ਬੱਚੇ ਨੂੰ, ਉਹ ਸਾਰਾ ਸਰਪੰਚ ਕੁਰਬਾਨ ਕਰ ਦਿੱਤਾ ਕਲਗੀਧਰ ਪਾਤਸ਼ਾਹ ਨੇ। ਆ ਜਿਹੜੇ ਤੁਸੀਂ ਦਾੜੀ ਕੇਸਾਂ ਵਾਲੇ ਸਿੰਘ ਸਜੇ ਹੋ, ਇਹ ਉਹਨਾਂ ਦੀ ਬਦੌਲਤ ਹੈ। ਉਹ ਗੱਲਾਂ ਸੁਣਦਿਆਂ ਪਿਤਾ ਦੇ ਨੇਤਰਾਂ ਚੋ ਤੱਤੀ ਤਵੀ ਗੋਬਿੰਦ ਨੂੰ ਨਜ਼ਰ ਆਈ, ਧਰਮ ਵਾਸਤੇ ਬੈਠੀ ਜੋ ਉਸ ਉੱਤੇ ਭਗਤੀ ਇਸ ਬਖਸ਼ੰਦ ਨੂੰ ਨਜ਼ਰ ਆਈ, ਸਦਾ ਮਾਰ ਨੂੰ ਮਾਰਨ ਦੇਣ ਵਾਲੀ ਉਹ ਸੋਚ ਨਿੱਕੀ ਜਾਈ ਜਿੰਦ ਨੂੰ ਨਜ਼ਰ ਆਈ, ਉਹ ਸੋਚ ਮੁੜ ਖਾਲਸੇ ਪੰਥ ਵਿੱਚੋਂ ਬਣ ਕੇ ਵੀਰਤਾ ਹਿੰਦ ਨੂੰ ਨਜ਼ਰ ਆਈ। ਚੱਕਰਵਰਤੀ ਗੋਬਿੰਦ ਤਵੀ ਬਾਰੇ ਪੁੱਛਿਆ ਕਿਆ ਸਤਿਗੁਰ, ਇੱਥੋਂ ਚੱਲਿਆ ਦੌਰ ਕੁਰਬਾਨੀਆਂ ਦਾ, ਪਤਾ ਨਹੀਂ ਹਾਲੇ ਕਦੋਂ ਤੀਕ ਝੁੱਲੇ ਉਹ ਤੇਰੀ ਅੰਸ਼ ਤੇ ਚੌਰ ਕੁਰਬਾਨੀਆਂ ਦਾ। ਆਖਰੀ ਲੈਣਾ ਨੇ ਸਾਧ ਸੰਗਤ ਜੀ, ਸਟੇਜ ਸਕੱਤਰ ਉੱਠ ਕੇ ਖਲੋ ਜਾਂਦਾ, ਕਵਿਤਾ ਪੜ੍ਹੀ ਜਾ ਰਹੀ ਹੈ, ਉੱਥੇ ਬੰਦ ਕਰ ਦਿਓ। ਗੋਬਿੰਦ ਆਖਿਆ, ਗੋਬਿੰਦ ਆਖਿਆ ਆਪਦੇ
ਲਹੂ ਵਿੱਚੋਂ ਉਹ ਰੂਹਾਂ ਜਗ ਤੇ ਐਸੀਆਂ ਹੋਣ ਗਈਆਂ, ਰਾਗ ਦੇਵ ਚੋਂ ਲਾਉਣ ਲਈ ਬੁਝਦਲੀ ਦਾ ਖੂਨ ਖੋਪਰੀ ਦਾ ਪਾ ਕੇ ਧੋਣ ਗਈਆਂ। ਜਦੋਂ ਕਦੇ ਵੀ ਧਰਮ ਨੂੰ ਅੱਲਾ ਦੇ ਅੰਦਰ ਮੋਢੇ ਮੇਲ ਕੇ ਉੱਠ ਖਲੋਣ ਗਈਆਂ, ਉਹ ਆਤਮਾ ਸੌ ਸੌ ਜ਼ਾਲਮਾਂ ਦੇ ਇੱਕ ਇੱਕ ਨਿਰਜੇ ਜੇ ਸਿਰ ਪਰੋਣ ਗਈਆਂ। ਅਮਨ ਵਿੱਚ ਅਕਾਲ ਦੇ ਨਾਲ ਜੁੜ ਕੇ ਉਹ ਮਿੱਠੀ ਧੁਨੀ ਅੰਦਰ ਬਾਣੀ ਪੜਨ ਗਈਆਂ, ਉਹ ਆਤਮਾ ਸਿੰਘੋ ਪਕੜ ਤੇ ਗਾ ਕਿਸਮਤ ਆਪਣੀ ਹੀ ਆਪ ਕਰਨ ਗਈਆਂ। ਅਮਨ ਵਿੱਚ ਅਕਾਲ ਦੇ ਨਾਲ ਜੁੜ ਕੇ ਉਹ ਮਿੱਠੀ ਧੁਨੀ ਅੰਦਰ ਬਾਣੀ ਪੜਨ ਗਈਆਂ, ਉਹ ਆਤਮਾਵਾਂ ਸਿੰਘੋ ਪਕੜ ਤੇ ਗਾ ਉਹ ਕਿਸਮਤ ਆਪਣੀ ਆਪ ਹੀ ਕਰਨ ਗਈਆਂ। ਓ ਕਿਸਮਤ ਆਪਣੀ ਆਪ ਹੀ ਕਰਨ ਗਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।